ਹੋ ਕਿ ਕਈ ਤਾਂ ਇੱਦਾਂ ਦੇ ਵੀ ਹੈ ਕਿ ਤੇਰਾ ਟੱਬਰ ਹੀ ਇੱਦਾਂ ਦਾ ਹੈ, ਫੈਮਿਲੀ ਵੀ, ਉਹਨਾਂ ਨੂੰ ਹੁਣ ਬੰਦਾ ਕੀ ਕਵੇ। ਪਰ ਲੋਕ ਬਹੁਤ ਕਮੈਂਟ ਕਰਦੇ ਆ, ਤੁਸੀਂ ਇੱਦਾਂ ਕੀਤਾ, ਤੁਸੀਂ ਇਹਦੇ ਲਈ ਕੀਤਾ, ਉਹਦੇ ਲਈ ਕੀਤਾ। ਮੈਂ ਕਿਸੇ ਲਈ ਕੁਛ ਨਹੀਂ ਕੀਤਾ ਯਾਰ, ਮੈਂ ਬਿਲਕੁਲ ਠੀਕ ਹਾਂ, ਤੁਹਾਨੂੰ ਸਹੀ ਲੱਗੇ। ਮੈਂ ਇੱਕ ਲਾਸਟ ਗੱਲ ਕਹਾਂ, ਕਰਦੇ ਹੁੰਦੇ ਆ ਨਾ ਇੰਨਾ ਵੱਡਾ ਆਪਾਂ ਸਟੈਪ ਚੁੱਕਿਆ, ਕੋਈ ਗੱਲ ਹੀ ਹੋਊਗੀ। ਇਸ ਟਾਈਮ ਮੇਰੇ ਘਰ ਦੇ ਮੈਨੂੰ ਸਪੋਰਟ ਕਰ ਰਹੇ ਆ, ਮੇਰੇ ਨਾਲ ਖੜੇ ਆ। ਸੋ ਜੀ, ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਸੋ ਅੱਜ ਮੈਂ ਬਹੁਤ ਵੱਡੀ ਅਪਡੇਟ ਲੈ ਕੇ ਆਇਆ ਤੁਹਾਡੇ ਲਈ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਆਓ ਵੱਧਦੇ ਅੱਜ ਦੀ ਵੱਡੀ ਅਪਡੇਟ ਵੱਲ, ਜੋ ਕਿ ਹੈ ਸਨੇਹਾ ਲਾਲੀ ਦੀ। ਸੋ ਤੁਹਾਨੂੰ ਪਤਾ ਹੀ ਹੋਣਾ, ਸਨੇਹਾ ਲਾਲੀ ਦਾ ਸੋਸ਼ਲ ਮੀਡੀਆ 'ਤੇ ਮੁੱਦਾ ਬਹੁਤ ਹੀ ਵੱਧ ਰਿਹਾ। ਅਤੇ ਕੱਲ੍ਹ ਹੀ ਸਨੇਹਾ ਲਾਲੀ ਨੇ ਆਪਣੇ ਚੈਨਲ 'ਤੇ ਇੱਕ ਵਲੋਗ ਪਾਇਆ ਸੀ, ਜਿਸ ਵਿੱਚ ਉਹਨਾਂ ਨੇ ਕੁਝ ਲੋਕਾਂ ਨੂੰ ਰਿਪਲਾਈ ਦਿੰਦੇ ਹੋਏ ਵੀਡੀਓ ਪਾਈ ਸੀ। ਆਓ ਲੈ ਕੇ ਚੱਲਦੇ ਉਸ ਵੀਡੀਓ ਦੇ ਵੱਲ, ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹਿਓ। ਤਾਂ ਅੱਜ ਮੇਰਾ ਦਿਲ ਸੀ ਮੈਂ ਸਾਰਾ ਵਲੋਗ ਨਾ ਇਹਦੇ 'ਤੇ ਹੀ ਬਣਾਵਾਂ, ਕਿਉਂਕਿ ਕਈ ਵਾਰੀ ਨਾ ਬਹੁਤ ਹਰਟ ਹੁੰਦਾ ਆ ਜਦੋਂ ਤੁਸੀਂ ਨਾ ਫਾਲਤੂ ਜੇ ਕਮੈਂਟ ਕਰਦੇ ਹੋ ਨਾ, ਬਹੁਤ ਜ਼ਿਆਦਾ ਹਰਟ ਹੁੰਦਾ। ਤਾਂ ਤੁਸੀਂ ਕਿਸੇ ਪਾਸੇ ਵੀ ਨਹੀਂ ਲਾਈਕ ਬੰਦੇ ਨੂੰ ਹੋਣ ਦੇਣਾ, ਜੇ ਮੈਂ ਸਾਰਾ ਕੁਝ ਬੰਦ ਕਰਕੇ ਬਹਿ ਜਾਂਦੀ। ਇਹ 'ਚ ਨਾ ਕਿਸੇ ਗੱਲ ਦੀ ਸ਼ਰਮ ਹੈ, ਇਹ ਗਾਇਬ ਹੀ ਹੋ ਗਈ ਹੈ, ਇਹਨੇ ਕੁਛ ਕੀਤਾ ਹੈ, ਇਹਦੀ ਕੋਈ ਗਲਤੀ ਹੈ। ਲੋਕ ਬਹੁਤ ਕਮੈਂਟ ਕਰਦੇ ਆ, ਤੁਸੀਂ ਇੱਦਾਂ ਕੀਤਾ, ਤੁਸੀਂ ਇਹਦੇ ਲਈ ਕੀਤਾ, ਉਹਦੇ ਲਈ ਕੀਤਾ। ਮੈਂ ਕਿਸੇ ਲਈ ਕੁਛ ਨਹੀਂ ਕੀਤਾ ਯਾਰ, ਮੈਂ ਬਿਲਕੁਲ ਠੀਕ ਹਾਂ, ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਕਿਤੇ ਵੀ। ਤੇ ਤੁਸੀਂ ਪਲੀਜ਼ ਜੱਜ ਕਰਨਾ ਬੰਦ ਕਰ ਦਿਓ। ਮੈਨੂੰ ਪਤਾ ਬੰਦੇ ਦੇ ਦਿਮਾਗ 'ਚ 100 ਥੋਟਸ ਆਉਂਦੇ ਆ, ਪਰ ਤੁਸੀਂ ਪਲੀਜ਼ ਅਗਲੇ ਬੰਦੇ ਨੂੰ ਇੰਨਾ ਕੁ ਜ਼ਿਆਦਾ ਨਾ ਉਹ ਕਰੋ। ਕਈ ਵਾਰੀ ਤਾਂ ਮੈਨੂੰ ਕਮੈਂਟਸ ਦੇਖ ਕੇ ਹਾਸਾ ਵੀ ਆਉਂਦਾ ਆ। ਬਾਕੀ ਜਿੱਦਾਂ ਤੁਹਾਨੂੰ ਸਹੀ ਲੱਗੇ। ਮੈਂ ਇੱਕ ਲਾਸਟ ਗੱਲ ਕਹਾਂ, ਕਰਦੇ ਹੁੰਦੇ ਆ ਨਾ ਇੰਨਾ ਵੱਡਾ ਆਪਾਂ ਸਟੈਪ ਚੁੱਕਿਆ, ਕੋਈ ਗੱਲ ਹੀ ਹੋਊਗੀ। ਇਸ ਟਾਈਮ ਮੇਰੇ ਘਰ ਦੇ ਮੈਨੂੰ ਸਪੋਰਟ ਕਰ ਰਹੇ ਆ, ਮੇਰੇ ਨਾਲ ਖੜੇ ਆ, ਠੀਕ ਹੈ। ਤਾਂ ਤੁਸੀਂ ਆਪ ਸੋਚ ਲਿਓ ਕਿ ਕਈ ਤਾਂ ਇੱਦਾਂ ਦੇ ਵੀ ਹੈ ਕਿ ਤੇਰਾ ਟੱਬਰ ਹੀ ਇੱਦਾਂ ਦਾ ਹੈ, ਫੈਮਿਲੀ ਵੀ, ਉਹਨਾਂ ਨੂੰ ਹੁਣ ਬੰਦਾ ਕੀ ਕਵੇ। ਪਰ ਮੈਂ ਨੋਰਮਲ ਗੱਲ ਕਰ ਰਹੀ ਹਾਂ, ਇਸ ਟਾਈਮ ਫੈਮਿਲੀ ਵੀ ਸਪੋਰਟ ਕਰ ਰਹੀ ਹੈ, ਲੱਖ ਮਜਬੂਰੀਆਂ ਹੁੰਦੀਆਂ, ਬਹੁਤ ਕੁਛ ਹੁੰਦਾ, ਤੁਸੀਂ ਗੈਸ ਨਾ ਕਰੋ। ਉਹ ਮੇਰੇ ਨਾਲ ਖੜੇ ਆ ਨਾ, ਕਿਸੇ ਗੱਲੋਂ ਹੀ ਖੜੇ ਆ। ਹਾਂਜੀ, ਤੁਸੀਂ ਦੇਖ ਹੀ ਲਈ ਹੋਣੀ ਵੀਡੀਓ, ਤੁਹਾਡਾ ਓਪੀਨੀਅਨ ਇਸ ਬਾਰੇ ਕਿ ਲੋਕਾਂ ਨੂੰ ਗਲਤ ਕਮੈਂਟ ਕਰਨੇ ਚਾਹੀਦੇ ਜਾਂ ਨਹੀਂ। ਵੈਸੇ ਤਾਂ ਕਿਸੇ ਨੂੰ ਡੀਮੋਟੀਵੇਟ ਨਹੀਂ ਕਰਨਾ ਚਾਹੀਦਾ, ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕੀ ਲੱਗਦਾ। ਸੋ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਆ। ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਬਾਏ ਬਾਏ।